ਬਣੇ ਸੀ ਉਹਦੇ ਸਾਹਮਣੇ ਜੋ ਉੱਥੇ ਤੁਸੀਂ ਵੇਖਿਆ ਹੋਵੇਗਾ ਕਿ ਇੱਕ ਠੇਕਾ ਸੀ ਸ਼ਰਾਬ ਦਾ, ਉਹਦੇ ਵਾਸਤੇ ਅੱਜ ਸੰਤਾਂ ਨੇ ਰੋਸ ਮਾਰਚ ਕੀਤਾ ਸੀ ਔਰ ਉੱਥੇ ਧਰਨਾ ਲਾਇਆ ਸੀ। ਬਾਅਦ ਵਿੱਚ ਤੁਸੀਂ ਭਲੀ ਭਾਂਤ ਜਾਣੋ ਜੀ ਰਿਜ਼ਲਟ ਤੁਸੀਂ ਵੇਖ ਲਿਆ ਹੋਏਗਾ ਕਿ ਉੱਥੇ ਪੁਲਿਸ ਦੀ ਵੀ ਝੜਪ ਹੋਈ ਆ ਔਰ ਉੱਥੇ ਠੇਕੇਦਾਰਾਂ ਵੀ ਝੜਪ ਹੋਈ ਆ ਸਿੰਘਾਂ ਦੀ ਝੜਪ। ਸ਼ਾਮਾਂ ਦਾ ਵੇਲਾ ਇਸ ਵੇਲੇ ਸਭ ਸਿੰਘ ਜਿਹੜੇ ਆਪਣੇ ਘਰ ਘਰ ਪਹੁੰਚ ਕੇ ਗ੍ਰਿਫਤਾਰੀਆਂ ਹੋਈਆਂ ਸੀ ਔਰ ਗ੍ਰਿਫਤਾਰੀ ਤੋਂ ਬਾਅਦ ਸਾਰਿਆਂ ਨੂੰ ਉਸੇ ਵੇਲੇ ਸਿੰਘਾਂ ਨੂੰ ਲੈ ਕੇ ਬਾਈ ਇੱਜ਼ਤ ਵਾਪਸ ਆਏ ਆ ਔਰ ਇਸ ਖੁਸ਼ੀ ਵਿੱਚ ਸਾਡੇ ਨਾਲ ਖੜ੍ਹੇ ਨੇ ਇਸ ਵੇਲੇ ਕਿਰਪਾ ਸਿੰਘ ਜੀ, ਉਹ ਆਪਣੇ ਵਿਚਾਰ ਦੇਣਗੇ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਇੰਟਰਨੈਸ਼ਨਲ ਪੰਥੇ ਦਲ ਵੱਲੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਲਈ ਸੁਲਤਾਨਪੁਰ ਵਿਖੇ ਇੱਕ ਮੁਹਿੰਮ ਵਿੱਢੀ ਗਈ ਸੀ, ਉਸ ਦੇ ਤਹਿਤ ਅਸੀਂ ਸਰਕਾਰ ਨੂੰ ਜੋ ਅਲਟੀਮੇਟਮ ਦਿੱਤਾ ਸੀ ਉਹਨਾਂ ਨੇ ਬਿਲਕੁਲ ਗੌਰ ਨਹੀਂ ਕੀਤਾ ਔਰ ਅੱਜ ਸਾਨੂੰ ਖੁਦ ਆ ਕੇ ਇਹ ਠੇਕੇ ਬੰਦ ਕਰਾਉਣੇ ਪਏ, ਜਿੱਥੇ ਸਾਡੀ ਕਾਫੀ ਝੜਪ ਹੋਈ, ਜਿੰਦੇ ਪ੍ਰਸ਼ਾਸਨ ਦੀ ਨਲਾਇਕੀ ਵੀ ਸਾਹਮਣੇ ਆਈ ਔਰ ਸਾਡੇ ਸਿੰਘਾਂ ਨੂੰ ਇੱਕ ਤਰਫਾ ਧੱਕੇ ਨਾਲ ਹੀ ਥਾਣੇ ਲੈ ਆਉਂਦਾ। ਪਰ ਉਸ ਤੋਂ ਬਾਅਦ ਹੋਰ ਜਥੇਬੰਦੀਆਂ ਦੇ ਸਿੰਘਾਂ ਦੇ ਪ੍ਰੈਸ਼ਰ ਸਦਕਾ ਅੱਜ ਇਹਨਾਂ ਸਾਡੇ ਸਾਰੇ ਸਿੰਘਾਂ ਨੂੰ ਹੁਣ ਰਿਹਾਅ ਕਰ ਦਿੱਤਾ ਗਿਆ ਹੈ ਔਰ ਠੇਕੇਦਾਰ ਨੇ ਇਹ ਵੀ ਸਾਡੇ ਨਾਲ ਵਾਅਦਾ ਕੀਤਾ ਹੈ ਵੀ ਜਿਹੜਾ ਲੋਹੀਆਂ ਵਾਲਾ ਠੇਕਾ ਹੈ ਉਹ ਬਿਲਕੁਲ ਬੰਦ ਹੈ, ਅੱਜ ਤੋਂ ਉਹ ਸਮਾਨ ਕੱਢਣ ਲਈ ਇੱਕ ਦੋ ਘੰਟੇ ਖੋਲ੍ਹ ਸਕਦੇ ਨੇ ਔਰ ਜਿਹੜੇ ਸੁਲਤਾਨਪੁਰ 'ਚ ਦੋ ਠੇਕੇ ਹੋਰ ਨੇ ਜੀ ਉਹ ਮੰਗਲਵਾਰ ਰਾਤ ਨੂੰ ਬਿਲਕੁਲ ਪੱਕੇ ਬੰਦ ਕਰ ਦਿੱਤੇ ਜਾਣਗੇ। ਮੈਂ ਇਸ ਲਈ ਸਾਰੇ ਜਥੇਬੰਦੇ ਦੇ ਸਿੰਘਾਂ ਨੂੰ ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨੂੰ ਵਿਸ਼ੇਸ਼ ਵਧਾਈ ਦਊਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।